ਮੈਡੀਸਨ ਐਕਸਪਲੈਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਆਮਲਾ ਪਾਊਡਰ ਦੇ ਫਾਇਦਿਆਂ ਦੇ ਬਾਰੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਹਜੇ ਤੱਕ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਉਹਨਾਂ ਵਾਲੇ ਸਾਰੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਦੋਸਤੋ ਆਮਲੇ ਪਾਊਡਰ ਦਾ ਜੋ ਇਸਤੇਮਾਲ ਹੈ ਵਾਲਾਂ ਦੀ ਸੁੰਦਰਤਾ ਨੂੰ ਵਧਾਉਣ ਲਈ ਬਹੁਤ ਹੀ ਵੱਡੀ ਮਾਤਰਾ ਵਿੱਚ ਇਸ ਪਾਊਡਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਹ ਜੋ ਆਮਲਾ ਪਾਊਡਰ ਦੀ ਤੁਸੀਂ ਡੱਬੀ ਮੇਰੇ ਹੱਥ ਵਿੱਚ ਦੇਖ ਰਹੇ ਹੋ ਇਹ 200 ਗ੍ਰਾਮ ਦੀ ਡੱਬੀ ਹੈ ਤੇ ਇਸ ਨੂੰ ਬਣਾਇਆ ਗਿਆ ਹੈ ਪੀਜੀਐਸ ਕੰਪਨੀ ਦੁਆਰਾ ਤੇ ਇਸ ਦਾ ਜੋ ਪ੍ਰਾਈਸ ਹੈ ਉਹ ਹੈ 64 ਰੁਪਏ ਵੱਖ-ਵੱਖ ਕੰਪਨੀਆਂ ਦੇ ਵੱਖ-ਵੱਖ ਪ੍ਰਾਈਸ ਵੇਟ ਦੇ ਅਨੁਸਾਰ ਘਟ ਵਧ ਹੋ ਸਕਦੇ ਹਨ ਤੇ ਹੁਣ ਅਸੀਂ ਗੱਲ ਕਰਦੇ ਹਾਂ ਆਮਲਾ ਪਾਊਡਰ ਦੇ ਕੀ ਕੀ ਫਾਇਦੇ ਹਨ ਦੋਸਤੋ ਆਮਲੇ ਦਾ ਫਲ ਜੋ ਹੁੰਦਾ ਹੈ ਉਹ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਵਿੱਚ ਹੀ ਪਾਇਆ ਜਾਂਦਾ ਹੈ ਆਮਲਾ ਨੂੰ ਸਾਡੇ ਰਿਸ਼ੀ ਮੁਨੀਆਂ ਨੇ ਇੱਕ ਅੰਮ੍ਰਿਤ ਸਮਾਨ ਓਸ਼ਦੀ ਜੋ ਹੈ ਮੰਨਿਆ ਹੈ ਤੇ ਬਹੁਤ ਸਾਰੇ ਆਯੁਰਵੈਦਿਕ ਓਸ਼ਦੀਆਂ ਵਿੱਚ ਆਮਲੇ ਦਾ ਪ੍ਰਯੋਗ ਹੁੰਦਾ ਹੈ ਪਿਛਲੇ 2000 ਸਾਲਾਂ ਤੋਂ ਜੋ ਆਮਲਾ ਹੈ ਇਸ ਦਾ ਪ੍ਰਯੋਗ ਹੁੰਦਾ ਆ ਰਿਹਾ ਹੈ ਆਮਲੇ ਦੇ ਵਿੱਚ ਵਿਟਾਮਿਨ ਸੀ ਜੋ ਹੁੰਦਾ ਹੈ ਭਾਰੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਵਾਲਾਂ ਦੀ ਗ੍ਰੋਥ ਵਧਾਉਣ ਦੇ ਲਈ ਇਹ ਜੋ ਆਮਲਾ ਪਾਊਡਰ ਹੈ ਬਹੁਤ ਹੀ ਵਧੀਆ ਹੈ ਆਮਲਾ ਦੇ ਤੇਲ ਦੇ ਨਾਲ ਜੇਕਰ ਅਸੀਂ ਮਾਲਸ਼ ਕਰਦੇ ਹਾਂ ਆਪਣੇ ਸਿਰ ਦੀ ਤਾਂ ਇਸ ਨਾਲ ਸਿਰ ਦਾ ਜੋ ਹੈ ਬਲੱਡ ਸਰਕੂਲੇਸ਼ਨ ਉਹ ਵਾਧਦਾ ਹੈ ਜਿਸ ਨਾਲ ਵਾਲਾਂ ਦੀ ਗ੍ਰੋਥ ਵਧਣ ਚ ਬਹੁਤ ਹੀ ਮਦਦ ਮਿਲਦੀ ਹੈ ਇਸ ਦਾ ਸੇਵਨ ਕਰਨ ਦੇ ਨਾਲ ਜੋ ਹੈ ਦੋ ਮੁਹ ਵਾਲ ਵਾਲਾਂ ਦਾ ਝੜਨਾ ਟੁੱਟਣਾ ਵਾਲਾਂ 'ਚ ਸ਼ਾਈਨਿੰਗ ਘੱਟ ਹੋਣਾ ਇਹ ਸਾਰੀ ਸਮੱਸਿਆਵਾਂ ਜੋ ਹੈ ਦੂਰ ਹੋ ਜਾਂਦੀ ਹੈ ਜੇਕਰ ਅਸੀਂ ਭੋਜਨ ਵਿੱਚ ਵੀ ਆਮਲੇ ਦਾ ਯੂਜ਼ ਕਰਦੇ ਹਾਂ ਚਾਹੇ ਆਮਲੇ ਦਾ ਚਾਰ ਬਣਾ ਕੇ ਖਾਣੇ ਹਾਂ ਜਾਂ ਮਰਬਾ ਖਾਣੇ ਹਾਂ ਤੇ ਇਹ ਵਾਲਾਂ ਦੀ ਸਮੱਸਿਆ ਨੂੰ ਤਾਂ ਵੀ ਦੂਰ ਕਰਨ ਵਿੱਚ ਕਾਫੀ ਮਦਦਗਾਰ ਹੈ ਇਸ ਨਾਲ ਜੋ ਵਾਲਾਂ ਦੀ ਸਫੇਦ ਹੋਣ ਦੀ ਸਮੱਸਿਆ ਹੈ ਉਹ ਖਤਮ ਹੋ ਜਾਂਦੀ ਹੈ ਤੇ ਵਾਲ ਕੁਦਰਤੀ ਤੌਰ ਤੇ ਕਾਲੇ ਹੋ ਜਾਂਦੇ ਹਨ ਤੇ ਹੁਣ ਅਸੀਂ ਗੱਲ ਕਰਨਾ ਹੈ ਆਮਲਾ ਪਾਊਡਰ ਨੂੰ ਕਿਸ ਤਰ੍ਹਾਂ ਤੁਸੀਂ ਜੂਸ ਕਰਨਾ ਹੈ ਤੁਸੀਂ 2 ਚਮਚ ਆਮਲਾ ਪਾਊਡਰ ਲੈਣਾ ਹੈ ਅਤੇ 2 ਚਮਚ ਹੀ ਤੁਸੀਂ ਨਾਰੀਅਲ ਦਾ ਤੇਲ ਲੈਣਾ ਹੈ ਤੇ ਇਹਨਾਂ ਦੋਵਾਂ ਨੂੰ ਮਿਕਸ ਕਰ ਲੈਣਾ ਹੈ ਤੇ ਮਿਕਸ ਕਰਕੇ ਤੁਸੀਂ ਕੀ ਕਰਨਾ ਹੈ 15 ਮਿੰਟ ਤੱਕ ਇਹ ਜੋ ਮਿਸ਼ਰਣ ਹੈ ਆਪਣੇ ਸਿਰ ਦੇ ਉੱਤੇ ਤੁਸੀਂ ਅਪਲਾਈ ਕਰਕੇ ਰੱਖਣਾ ਹੈ ਤੇ ਹਲਕੇ ਹਲਕੇ ਆਪਣੇ ਜੋ ਹੈ ਵਾਲਾਂ ਦੀਆਂ ਜੜ੍ਹਾਂ 'ਚ ਵੀ ਇਹ ਇਹਦੀ ਇਸ ਮਿਸ਼ਰਣ ਦੀ ਮ사ਜ ਕਰੋ ਤੇ ਇਹ ਧਿਆਨ ਰੱਖਿਓ ਕਿ ਜਦੋਂ ਵੀ ਤੁਸੀਂ ਇਹ ਮਿਸ਼ਰਣ ਬਣਾਉਣਾ ਹੈ ਕਿ ਤੇ ਨਾਰੀਅਲ ਤੇਲ ਨੂੰ ਥੋੜਾ ਗਰਮ ਕਰ ਲੈਣਾ ਹੈ ਹਲਕਾ ਜਿਹਾ ਕੋਸਾ ਜਿਹਾ ਗਰਮ ਕਰਕੇ ਵਿੱਚ ਦੋ ਆਮਲਾ ਪਾਊਡਰ ਦੇ ਚਮਚੇ ਪਾ ਕੇ ਤੇ ਇਹ ਮਿਸ਼ਰਣ ਤਿਆਰ ਕਰਕੇ ਤੁਸੀਂ ਸਿਰ ਵਿੱਚ ਲੋਣਾ ਹੈ ਇਹ ਜੋ ਮਿਸ਼ਰਣ ਹੈ ਇਹ ਬਹੁਤ ਹੀ ਵਧੀਆ ਹੈ ਵਾਲਾਂ ਦੇ ਰੋਗਾਂ ਨੂੰ ਦੂਰ ਕਰਨੀ ਵਾਲਾਂ ਨੂੰ ਕਾਲੇ ਕਰਕੇ ਘਣੇ ਕਰਕੇ ਦੋ ਮੋਏ ਵਾਲਾਂ ਦੀ ਸਮੱਸਿਆ ਨੂੰ ਖਤਮ ਕਰਕੇ ਅਤੇ ਵਾਲਾਂ ਨੂੰ ਤੇਜ਼ੀ ਨਾਲ ਇਹ ਮਿਸ਼ਨ ਨੰਭਾ ਕਰਦਾ ਹੈ ਤੇ ਇੱਕ ਹੋਰ ਅਗਲੇ ਪ੍ਰਯੋਗ ਦੇ ਬਾਰੇ ਗੱਲ ਕਰਦੇ ਹਾਂ ਅਸੀਂ ਤੁਸੀਂ ਦੋ ਚਮਚ ਆਮਲਾ ਪਾਊਡਰ ਦੋ ਚਮਚ ਸ਼ੀਕਾ ਕਾਈ ਇਹਨਾਂ ਦੋਵਾਂ ਦਾ ਪੇਸਟ ਬਣਾ ਕੇ ਤੁਸੀਂ 15 ਮਿੰਟ ਤੱਕ ਆਪਣੇ ਸਿਰ ਤੇ ਇਹ ਮਸਾਜ ਕਰਨੀ ਹੈ ਇਹਨਾਂ ਦੇ ਨਾਲ ਵੀ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਕਾਫੀ ਮਦਦ ਮਿਲਦੀ ਹੈ ਤੁਸੀਂ ਇਸ ਦਾ ਜੋ ਪ੍ਰਯੋਗ ਹੈ ਤੁਸੀਂ ਮਹਿੰਦੀ ਦੇ ਨਾਲ ਵੀ ਕਰ ਸਕਦੇ ਹੋ ਮਹਿੰਦੀ ਤੇ ਆਮਲਾ ਦੇ 2-2 ਚਮਚੇ ਤੁਸੀਂ ਮਿਕਸ ਕਰਕੇ ਥੋੜਾ ਵਿੱਚ ਪਾ ਲਿਓ ਤੇ ਇਹਦੀ ਪੇਸਟ ਬਣਾ ਕੇ ਤੁਸੀਂ ਵਾਲਾਂ ਵਿੱਚ ਘੱਟੋ ਘੱਟ 1 ਘੰਟੇ ਤੱਕ ਲੱਗੀ ਰਹਿਣ ਦੇਣੀ ਹੈ ਤੇ ਇਹ ਪ੍ਰਯੋਗ ਦੇ ਨਾਲ ਵਾਲਾਂ ਨੂੰ ਠੰਡਕ ਮਿਲਦੀ ਹੈ ਤੇ ਵਾਲਾਂ ਦੇ ਰੋਗਾਂ ਨੂੰ ਦੂਰ ਕਰਨ ਵਿੱਚ ਇਹ ਜੋ ਪ੍ਰਯੋਗ ਹੈ ਬਹੁਤ ਹੀ ਲਾਭਕਾਰੀ ਹੈ ਮੈਨੂੰ ਆਸ ਹੈ ਕਿ ਤੁਹਾਨੂੰ ਆਮਲਾ ਪਾਊਡਰ ਦੇ ਬਾਰੇ ਮੈਂ ਜੋ ਵੀ ਜਾਣਕਾਰੀ ਦਿੱਤੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਕਿਰਪਾ ਕਰਕੇ ਮੇਰਾ ਚੈਨਲ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰੋ ਤਾਂ ਕਿ ਹੁਣ ਵਾਲੇ ਸਾਰੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਧੰਨਵਾਦ